ਅੱਜ ਸਵੇਰ ਤੋਂ ਹੀ ਫਲੋਰ ਪੁਲਿਸ ਵੱਲੋਂ ਜਿਹੜਾ ਹਰਪ੍ਰੀਤ ਸਿੰਘ ਹੋਣਾ ਨੂੰ ਅਤੇ ਲਵਪ੍ਰੀਤ ਨੂੰ ਜਿਹੜਾ ਗ੍ਰਿਫਤਾਰ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀਗਾ, ਜਿਸ ਤੋਂ ਬਾਅਦ ਅੱਜ ਸਾਰਾ ਦਿਨ ਹੀ ਇਸੇ ਕੇਸ ਉੱਪਰ ਸਾਰਾ ਦਿਨ ਨਿਗਾਹ ਬਣੀ ਹੋਈ ਸੀ, ਕਿਉਂਕਿ ਮਾਮਲਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣਾ ਦੇ ਨਾਲ ਜਿਹੜਾ ਇਹ ਪਰਿਵਾਰ ਨਾਲ ਜਿਹੜਾ ਜੁੜਿਆ ਹੋਇਆ ਸੀ, ਕਿਉਂਕਿ ਉਹਨਾਂ ਦੇ ਜਿਹੜਾ ਭਰਾ ਦੱਸਿਆ ਜਾ ਰਿਹਾ ਹਰਪ੍ਰੀਤ ਸਿੰਘ ਹੋਣੀ, ਜਿਹਨਾਂ ਨੂੰ ਫਲੋਰ ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ ਨਸ਼ੇ ਦੇ ਨਾਲ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਫਲੋਰ ਤੋਂ, ਉਹਦੇ ਵਿੱਚ ਹੁਣ ਜਿਹੜਾ ਦੇਰ ਸ਼ਾਮ ਜਿਹੜਾ ਮਾਨਯੋਗ ਅਦਾਲਤ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਉਹਦੇ ਵਿੱਚ ਪੇਸ਼ ਕਰਨ ਤੋਂ ਬਾਅਦ ਫਲੋਰ ਪੁਲਿਸ ਵੱਲੋਂ ਜਿਹੜਾ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ, ਪਰ ਪੁਲਿਸ ਨੂੰ ਮਾਨਯੋਗ ਕੋਰਟ ਵੱਲੋਂ ਜਿਹੜਾ ਰਿਮਾਂਡ ਨਹੀਂ ਦਿੱਤਾ ਗਿਆ ਅਤੇ ਇੱਥੋਂ ਜੁਡੀਸ਼ਲੀ ਜਿਹੜਾ ਹਰਪ੍ਰੀਤ ਅਤੇ ਲਵਪ੍ਰੀਤ ਨੂੰ ਜਿਹੜਾ ਭੇਜ ਦਿੱਤਾ ਗਿਆ, ਕਿਉਂਕਿ ਦੋ ਲੋਕਾਂ ਦੀ ਜਿਹੜੀ ਪੁਲਿਸ ਨੇ ਅਰੈਸਟ ਦਿਖਾਈ ਸੀਗੀ ਅਤੇ ਦੋ ਲੋਕਾਂ ਨੂੰ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀਗਾ, ਹਾਲਾਂਕਿ ਇਸ ਐੱਫ ਆਈ ਆਰ ਦੇ ਵਿੱਚ ਤੀਸਰਾ ਜਿਹੜਾ ਵਿਅਕਤੀ ਆ ਸੰਦੀਪ ਸਿੰਘ ਲੁਧਿਆਣਾ ਦਾ ਸੀਗਾ, ਉਹ ਵੀ ਨਾਮਜ਼ਦ ਕੀਤਾ ਹੋਇਆ ਸੀਗਾ, ਜਿਹਦੀ ਗ੍ਰਿਫਤਾਰੀ ਪੁਲਿਸ ਨੇ ਨਹੀਂ ਦਿਖਾਈ ਹੈਗੀ। ਉਸ ਤੋਂ ਬਾਅਦ ਜਿਹੜਾ ਹੁਣ 10 ਦਿਨ ਦਾ ਜਿਹੜਾ ਰਿਮਾਂਡ ਸੀਗਾ, ਰਿਮਾਂਡ ਨਾ ਮਿਲਣ ਕਰਕੇ ਪੁਲਿਸ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਿਹੜਾ ਅੱਜ ਹੁਣ ਜੁਡੀਸ਼ਲ ਜਿਹੜਾ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ ਇਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਜਿਹੜਾ ਭੇਜਿਆ ਜਾਵੇ। ਇਸ ਤੋਂ ਬਾਅਦ ਜਿਹੜਾ ਆ ਲਵਪ੍ਰੀਤ ਅਤੇ ਨਾਲ ਹਰਪ੍ਰੀਤ ਉਹਨਾਂ ਨੂੰ ਦੋਨਾਂ ਨੂੰ ਇੱਥੋਂ ਜਿਹੜਾ ਨਿਆਇਕ ਹਿਰਾਸਤ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕੁਛ ਕਹਿਣਾ, ਉਹਨਾਂ ਦੇ ਚਾਚਾ ਜੀ ਨਾਲ ਜਿਹੜੀ ਗੱਲਬਾਤ ਹੋਈ ਹੈ, ਕਿਉਂਕਿ ਅੰਦਰ ਤਾਂ ਨਹੀਂ ਜਾਣ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ, ਉਹਨਾਂ ਦਾ ਕੀ ਕੁਛ ਕਹਿਣਾ ਆਓ ਤੁਹਾਨੂੰ ਉਹਨਾਂ ਨਾਲ ਵੀ ਸੁਣਾਉਂਦੇ ਹਾਂ। ਸਾਨੂੰ ਤਾਂ ਜਾਣ ਨਹੀਂ ਤਾਂ ਅਸੀਂ ਬੜੇ ਖੜੇ ਹੈਗੇ। ਅੱਛਾ, ਹਾਂ ਅਤੇ ਉਹਦੇ ਦੇਖੋ ਤੁਹਾਡੇ ਸਾਹਮਣੇ ਹੋ ਗਿਆ ਸਭ, ਹਰਪ੍ਰੀਤ ਨਾਲ ਗੱਲ ਹੋਈ ਆ, ਹਰਪ੍ਰੀਤ ਦਾ ਕੀ ਕਹਿਣਾ, ਉਹਨਾਂ ਨਾਲ ਜਾਂਦੇ ਜਾਂਦੇ ਬਸ ਆਉਂਦੇ ਮਿਲੇ ਤਾਂ ਸਾਹਮਣੇ ਦੇਖੇ ਹੁਣ ਤੋਂ, ਬਲਕਿ ਮਿਲਣ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਨਹੀਂ ਮਿਲਿਆ। ਤੇ ਹੁਣ ਇਹ ਦੁਬਾਰਾ ਵੀ ਬੜੀ ਕੋਸ਼ਿਸ਼ ਕੀਤੀ ਇਹਨੇ ਆਸੇ ਪਾਸੋਂ ਫੋਨ ਕਰਾਉਣ ਦੀ ਕਿ ਜਿਹੜਾ ਵਾ ਵੀ ਸਾਨੂੰ ਰਿਮਾਂਡ ਦੇਣਾ ਚਾਹੀਦਾ, ਪਰ ਜੱਜ ਨੇ ਨਹੀਂ ਦੇਣਾ। ਘੰਟੇ ਡੇਢ ਦੀ ਕਾਰਵਾਈ ਹੋਈ ਹੈ, ਕਿਵੇਂ ਵੇਖਦੇ ਪਏ ਕਿ ਪੁਲਿਸ ਨੇ ਇਸ ਮਾਮਲੇ ਨੂੰ ਕਿੱਦਾਂ ਪੇਸ਼ ਕੀਤਾ? ਇਹ ਦੇਖੋ ਥੱਲੇ ਕਰ ਲਓ, ਦਾੜੀ ਥੋੜੀ ਮੁੱਕਣੀ ਹੈ, ਮੂੰਹ ਸਰ ਅੱਗੇ ਕੋਈ ਮੁੜਿਆ ਰਿਮਾਂਡ ਇੱਕ ਵਾਰੀ ਦੁਬਾਰਾ ਕਲੀਅਰ ਕਰ ਦਿਓ, ਨਹੀਂ ਰਿਮਾਂਡ ਕੋਈ ਨਹੀਂ। ਇਹਨਾਂ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਜੱਜ ਸਾਹਿਬ ਨੇ ਜਿਹੜਾ ਇਹਨਾਂ ਨੂੰ ਕਿਹਾ ਜਿਹੜਾ ਕੋਈ ਬਣਾਈ ਸੀ ਵੀਡੀਓ ਕਹਿੰਦੇ ਸੀ ਉਹ ਇਹ ਪੇਸ਼ ਨਹੀਂ ਕਰ ਸਕੇ, ਤੇ ਇਹ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਉਹਨਾਂ ਦਾ ਕੋਈ ਘੰਟਾ ਡੇਢ ਦਾ ਸਮਾਂ ਹੋਇਆ, ਕਿਵੇਂ ਵੇਖਦੇ ਪਏ ਕਿ ਕੀ ਜੁਡੀਸ਼ੀਅਲ ਹਰਾਸ ਦੇ ਵਿੱਚ ਨਹੀਂ ਨਹੀਂ ਕੋਈ ਕੀ ਕੋਈ ਟਿੱਪਣੀ ਕੀਤੀ ਕੋਰਟ ਨੇ ਇਸ ਪੂਰੇ ਮਸਲੇ ਤੇ? ਨਹੀਂ ਦੇਖੋ ਸਾਹੀ ਤਾਂ ਬਾਹਰ ਹੀ ਖੜੇ ਹੈਗਾ, ਸਾਨੂੰ ਜਿੰਨੇ ਇਹ ਖਬਰ ਮਿਲੀ ਆ ਕਿ ਉੱਥੇ ਜਿਹੜਾ ਜੁਡੀਸ਼ੀਅਲ ਹਰਾਸ ਦੇ ਵਿੱਚ ਭੇਜਤਾ ਉਹਨਾਂ ਨੇ, ਅਤੇ ਬਾਅਦ ਦੇ ਵਿੱਚ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਰ ਆਸੇ ਪਾਸਿਓਂ ਫੋਨ ਘੁਮਾ ਕੇ ਕਿ ਜਿਹੜਾ ਸਾਨੂੰ ਰਿਮਾਂਡ ਦਿੱਤਾ ਜਾਵੇ, ਉਹਨਾਂ ਨੇ ਕਿਹਾ ਹੁਣੇ ਇਹਨਾਂ ਨੂੰ ਭੇਜੋ। ਜੋ ਕਾਰਵਾਈ ਐਸ ਪੁਲਿਸ ਨੇ ਇੱਕ ਡੇਢ ਘੰਟਾ ਅੰਦਰ ਕੋਰਟ ਤੇ ਕੀਤੀ ਨੂੰ ਕਿਵੇਂ ਵੇਖਦੇ ਪਏ? ਇਹ ਦੇਖੋ ਤੁਹਾਨੂੰ ਪਹਿਲਾਂ ਤੇ ਦੱਸ ਰਹੇ ਆ ਕਿ ਸਾਜ਼ਿਸ਼ ਕੋਈ ਕਰ ਰਹੇ ਆ ਕਿ ਸਾਡੇ ਪਰਿਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਕੋਈ ਨਾ ਕੋਈ ਜਿਹੜਾ ਵਾ ਬੜਾ ਤਕੜਾ ਸਾਜ਼ਿਸ਼ ਰਚੀ ਜਾ ਰਹੀ ਹੈ। ਇੰਨੇ ਕਈ ਘੰਟੇ ਲਗਾਤਾਰ ਅੰਦਰ ਕਾਰਵਾਈ ਚੱਲਦੀ ਰਹੀ, ਕੀ ਕੁਝ ਕੋਈ ਪਤਾ ਲੱਗਿਆ ਕੀ ਗੱਲਬਾਤ ਹੋਈ ਅੰਦਰ? ਬਸ ਇਹੀ ਦੁਬਾਰਾ ਕਰ ਰਹੇ ਸੀਗੇ ਕਿ ਸਾਨੂੰ ਕਿਸ ਤਰ੍ਹਾਂ ਪਤਾ ਨਹੀਂ ਹੁਣ ਕਿਹਦੇ ਕੋਲ ਫੋਨ ਕਰਾ ਰਹੇ ਸੀਗੇ ਵੀ ਜੱਜ ਕਿਸ ਤਰ੍ਹਾਂ ਸਾਡਾ ਜਿਹੜਾ ਰਿਮਾਂਡ ਦਿੱਤਾ, ਰਿਮਾਂਡ ਦੀ ਜ਼ਰੂਰਤ ਆ ਇਹ ਕਰਕੇ ਇੱਥੋਂ ਹੁਣ ਅੱਜ ਸ਼ਾਇਦ ਨਹੀਂ ਭੇਜਣਗੇ, ਕਹਿੰਦੇ ਕਿ ਇਸ ਟਾਈਮ ਲੈਂਦੇ ਨਹੀਂ ਕੋਰਟ ਦੇ ਵਿੱਚ ਉੱਥੇ ਜੇਲ੍ਹ ਦੇ ਵਿੱਚ, ਅਤੇ ਬਾਅਦ ਦੇ ਵਿੱਚ ਹੁਣ ਦੇਖੋ ਕੱਲ੍ਹ ਨੂੰ ਭੇਜ ਦੇ। ਹਾਂ ਦੋ ਹੀ ਪੇਸ਼।